सिस्टर किन्ने गोली लगी किन्ने ने गोली दी अच्छा जी घटना हुई है कितने हुई है ते की कारण है लॉर्ड पिंड को हुई है ਤੇ ਕੀ ਹੋਇਆ ਕੀ ਸੀਗਾ ਅਸੀਂ ਉਹਦੇ ਕੋਲ ਚੀ ਲਗਣ ਲੱਗੇ ਸੀ ਇਹਨਾਂ ਪਿੱਛੋਂ ਗੋਲੀ ਮਾਰ ਕੇ ਡਿੱਗ ਗਏ ਸੀ ਤੁਸੀਂ ਕਾਤੇ ਸੀ ਅਸੀਂ ਮੋਟਰਸਾਈਕਲ ਤੇ ਸੀ ਵਿਅਕਤੀ ਕੌਣ ਸੀਗਾ ਜਿਹਨੇ ਤੁਹਾਡੇ ਦੇ ਪਤਾ ਨਹੀਂ ਬਹੁਤ ਲੰਬਾ ਬੰਦਾ ਸੀ ਲੰਬਾ ਸੀਗਾ ਐਂਕਾ ਲੱਗੇ ਸੀ ਉਹਦੇ ਪੰਨਾ ਜਿਹਾ ਬੰਨਿਆ ਸੀ ਸਿਰ ਤੇ ਸੂਟ ਪਾਇਆ ਸੀ ਤੇ ਕੁਝ ਬੋਲਿਆ ਵੀ ਹੈ ਜਾਂ ਕੁਝ ਕਿਹਾ ਵੀ ਸੀ ਜਮਾ ਨਹੀਂ ਫੇਰ ਤੁਹਾਡਾ ਤੁਸੀਂ ਕਿੱਦਾਂ ਜਾਣ ਬਚਾਈ ਵੱਜ ਕੇ किस जगह रोहित कुमार है। अच्छा जी घटना हुई है कितने हुई है ते किमे हुई है कारण की है वीरे कारण दा तो सानू पता नहीं गा असीं तो ड्यूटी करके आ रहे सीगे असीं उत्थे खड़ के लाइना ते चाह पी रहे सीगे चाह पी के असीं चलण ही लगे आ बंदा चाह साडे चाह पींदे पींदे दो तीन चक्कर लाए उहने एक्टिवा दे काफी तेज एक्टिवा सीगी फिर उहने अगे ही जाके एक्टिवा खड़ा ली मैं कहा वीरे चाह हुण पी ली चाह चलदे आ असीं उहदे कोल गए ही आ बस उहने जदे गोलियां चलाईयां ने हिंदुस्तान लीवर कंपनी ਕੋਈ ਰੰਜਿਸ਼ ਕੋਈ ਨਹੀਂ ਵੀਰੇ ਮੇਰਾ ਵਾਸਤੇ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ ਰੰਜਿਸ਼ ਰਹਿਣ ਵਾਸੀ ਕਿੱਥੇ ਦੇ ਹੋ ਮੈਂ ਵੀਰੇ ਗੋਇੰਦਗੜ ਤੋਂ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਵੀਰੇ ਗੋਲੀ ਤੇ ਤਿੰਨ ਲੱਗਦਾ ਮੈਨੂੰ ਲੱਗੀ ਹੋਈ ਮੇਰਾ ਅਰਜੁਨ ਤੇ ਕੀ ਹੋਇਆ ਜੀ ਉਹ ਆਇਆ ਵੀਰ ਜੀ ਸਾਨੂੰ ਨਹੀਂ ਪਤਾ ਕੀ ਹੋਇਆ ਅੱਜ ਤੋਂ ਪੂਰੇ ਪੂਰੇ ਲੱਗਿਆ ਵੀ ਗੋਲੀ ਲੱਗੀ ਨੇ ਕੋਈ ਲੁੱਟ ਵਗੈਰਾ ਤਾਂ ਨਹੀਂ ਨਾ ਲੁੱਟ ਵਗੈਰਾ ਕੋਈ ਨਹੀਂ ਤੇ ਗੋਲੀ ਇੰਦੇ ਕੌਣ ਸੀ ਜੀ ਤੇ ਮੇਜਰ ਹੈ ਨਾਲ ਦੇ ਜਿਹੜਾ ਮੈਨੇਜਰ ਉੱਥੇ ਲੱਗੇ ਆ ਫੈਕਟਰੀ ਦੇ ਉਹਨਾਂ ਦੇ ਵੀ ਲੱਗੇ ਨੇ ਜੀ ਉਹਦੇ ਨਾਲ ਪੇਟ ਪੇਟ ਚ ਲੱਗੇ ਜਿਵੇਂ ਕਿ ਮੰਗ ਰਹੇ ਹੋ ਸਕੋਲ ਮੰਗਦੇ ਗਣੇ ਵੀਰ ਜੀ ਜੋ ਬਣਦੀ ਹੈ ਠੀਕ ਹੈ ਨਾ ਜੀ ਜਿਹਨੂੰ ਲੱਗੀ ਆ ਕੋਈ ਦੇਖੋ ਕਿਹਨੇ ਮਾਰੀ ਹੈ ਕਿ ਦੁਸ਼ਮਣ ਕੋਈ ਨਹੀਂ ਸੀ ਮੁੰਡੇ ਦੀ ਹਾਂ ਤੇ ਕਿੰਨਾ ਠੀਕ ਹੈ ਉਹਨਾਂ ਨੂੰ ਹਾਂ ਠੀਕ ਹੈ ਜੀ ਕਿਸਨੇ ਪੰਨੇ ਗੋਲੀ ਪੱਟ ਚ ਲੱਗੀ ਹੈ ਆਪ ਮੈਨੂੰ ਤਾਂ ਠੀਕ ਹੈ ਕਰਨੀ ਠੀਕ ਹੈ ਇੱਥੋਂ ਰੱਖ ਕਰਨ ਲੱਗੀ ਨਾ ਕਰਨ ਲੱਗੀ ਇਹ ਦੋਨੋਂ ਇੱਕੋ ਫੈਕਟਰੀ 'ਚ ਕੰਮ ਕਰਦੇ ਨੇ ਇਕੱਠੇ ਹਾਂ ਜੀ ਇੱਕ ਜਗ੍ਹਾ फटाफट सिविल होस्पिटल पहुंच जाओ किन्नी गोलियां लगियां जी गोलियां तो सानू पता नहीं एक जो नाल ढिड च लगी है ਬੈਗ ਵੀ ਹਲੇ ਕੁਛ ਸਮਾਨ ਸਾਡਾ ਨਹੀਂ ਆਇਆ ਜਾ ਕਿੱਥੇ ਰਹੇ ਸੀ ਇਹ ਜਾ ਮੰਡੀ ਗੋਬਿੰਦਗੜ੍ਹ
ਡਿਊਟੀ ਤੋਂ ਵਾਪਸ ਮੰਡੀ ਬਿੰਦਗੜ ਆ ਰਹੇ ਸੀਗੇ। एक सानू इनफॉरमेशन मिली थी कि गोविंदगढ़ रेलवे लाइन के नेड़े जेडे कि गोलियां चलिया जिद दो व्यक्ति हैं जेडे घायल हो गए हैं तो असी मौके पर पहुंचे हाँ। मौके पर पहुंचने तो पता लगे कि जेड़ा कि एक बाइक इतने पई है तो कुछ खोल पे हैं इतने तो जेडे दो जिन्हों जख्मी जेडे बंदे जख्मी हुए थे उन्होंने पीजे रेफर कर दिया गया। बाकी इन्वेस्टिगेशन असं कर रहे हैं, पर्चा दर्ज करके इन्वेस्टिगेशन कराएंगे।